ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਸ੍ਰੇਸ਼ਟ ਮਤ ਜਿਹੜੀ ਹੈ ਉਹ ਬਖਸ਼ਿਸ਼ ਕਰਕੇ ਦੇਣ, ਕਿਉਂ ਹਰ ਬੰਦੇ ਦਾ ਜਿਹੜਾ ਮਤਲਬ ਆ ਨਾ ਉਹ ਆਪਣੇ ਸੋਚ ਦੇ ਮੁਤਾਬਕ ਨਿਕਲਦਾ ਹੈ। ਭਾਵੇਂ ਤੁਸੀਂ ਰੱਬ ਦੀ ਗੱਲ ਕਰੋ, ਭਾਵੇਂ ਤੁਸੀਂ ਪੈਸੇ ਦੀ ਗੱਲ ਕਰੋ, ਦੁਨੀਆਂ ਦੀ ਗੱਲ ਕਰੋ, ਹਰ ਬੰਦੇ ਦੇ ਅਰਥ ਵੱਖੋ ਵੱਖਰੇ ਹੁੰਦੇ। ਜੇ ਕੋਈ ਪਰਮੇਸ਼ਰ ਦੀ ਵੀ ਗੱਲ ਕਰੇ ਤਾਂ ਜੇ ਤੁਸੀਂ ਇੱਥੇ ਭਾਈਆਂ ਵਾਲੇ ਪਾਸੇ 10-20 ਸਰੀਰ ਬੈਠੇ ਹੋ ਤਾਂ 10-20 ਸਰੀਰਾਂ ਦੇ ਅਰਥ ਆਪਣੇ ਆਉਣਗੇ, ਗੱਲ ਇੱਕ ਹੀ ਹੋਵੇਗੀ ਪਰਮੇਸ਼ਰ ਦੀ, ਪਰ ਸੋਚਣੀ ਉਹੋ ਜਿਹੀ ਹੋਊਗੀ ਜਿਹੋ ਜਿਹੀ ਕਿਸੇ ਦੀ ਮਤ ਬੁੱਧ ਹੋਵੇਗੀ। ਜਿਵੇਂ ਭੁੱਖੇ ਬੰਦੇ ਨੂੰ ਜਿਹੜੀ ਪੁੰਨਿਆਂ ਦੀ ਰਾਤ ਦਾ ਚੰਦ ਹੈ ਉਹ ਵੀ ਫੁੱਲੀ ਹੋਈ ਤਵੇ ਤੋਂ ਤਾਜ਼ੀ ਲਈ ਹੋਈ ਰੋਟੀ ਵਰਗਾ ਲੱਗਦਾ, ਕਿਉਂ ਉਹਦੇ ਢਿੱਡ 'ਚ ਭੁੱਖ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਬੰਦੇ ਦੇ ਹਿਰਦੇ 'ਚ ਪੈਸਾ ਵੱਸਦਾ, ਜੇ ਉਹਨੂੰ ਬੁਖਾਰ ਚੜ ਜੇ, ਬਿਮਾਰ ਹੋ ਜੇ, ਪਰ ਉਹਦੀ ਭੁੱਖ ਕਾਹਦੀ ਹੈ, ਪੈਸੇ ਦੀ ਭੁੱਖ ਹੈ, ਤਾਂ ਮੇਰੇ ਖਿਆਲ ਦੇ ਨਾਲ ਪਦਵੀ, ਪੈਸਾ ਅਤੇ ਮਾਣ ਸਤਿਕਾਰ ਇਹ ਤਿੰਨਾਂ ਚੀਜ਼ਾਂ ਨੂੰ ਕੋਈ ਬਿਰਲਾ ਹੀ ਹੈ, ਲੱਖਾਂ 'ਚੋਂ ਇੱਕ ਅੱਧਾ ਜਿਹੜਾ ਟੱਪ ਜੂਗਾ, ਬਾਕੀ ਸਭ ਇੱਥੇ ਇਹਦੇ ਆਲੇ ਦੁਆਲੇ ਘੁੰਮਣਗੇ ਸਾਰੀ ਉਮਰ। ਤਾਂ ਜਿਹਨੂੰ ਹੁਣ ਪੈਸੇ ਦੀ ਭੁੱਖ ਹੈ, ਉਹਨੂੰ ਜੇ ਬੁਖਾਰ ਚੜ ਜੇ, ਉਹਨੂੰ ਪੁੱਛੀਏ ਵੀ ਤੂੰ ਠੀਕ ਹੋਇਆ ਕਿ ਨਹੀਂ ਹੋਇਆ, ਤੰਦਰੁਸਤੀ ਕਿੰਨੀ ਕੁ ਪ੍ਰਾਪਤ ਹੋਈ, ਉਹ ਕਹੂਗਾ ਵੀ ਰੁਪਈਏ 'ਚ 50 ਕੁ ਪੈਸੇ ਫਰਕ। ਹੁਣ ਪੁੱਛਿਆ ਤਾਂ ਬੁਖਾਰ ਬਾਰੇ ਵਿੱਚ, ਰੁਪਈਆ ਕਿੱਥੋਂ ਆ ਗਿਆ ਅਤੇ 50 ਪੈਸੇ ਕਿੱਥੋਂ ਆ ਗਏ। ਤਾਂ ਉਹ ਫਿਰ ਜਿਹੜੀ ਚੀਜ਼ ਉਹਦੇ ਅੰਦਰ ਆ ਨਾ, ਉਹ ਛਿਪਣੀ ਨਹੀਂ ਆ, ਉਹ ਨਿਕਲੂਗੀ ਕਿਸੇ ਤਰ੍ਹਾਂ, ਜਿੰਨਾ ਮਰਜ਼ੀ ਉਹਨੂੰ ਛਪਾਉਣ ਦਾ ਕੋਈ ਯਤਨ ਕਰੇ। ਤਾਂ ਮਹਾਰਾਜ ਵੀ ਕਹਿੰਦੇ ਨੇ ਵੀ ਜੈਸੀ ਭੁੱਖ ਤੈਸੀ ਕਾ ਪੂਰਕ, ਪਰਮਾਤਮਾ ਵਾਹਿਗੁਰੂ ਪਰਮੇਸ਼ਰ ਉਹ ਚੀਜ਼ ਸਾਨੂੰ ਦਿੰਦਾ ਜਿਹੜੀ ਸਾਡੀ ਢਿੱਡ ਦੀ ਭੁੱਖ। ਉੱਦਾਂ ਅਸੀਂ ਭਾਵੇਂ ਗ੍ਰੰਥੀ ਸਿੰਘ ਤੋਂ ਜਿੰਨੀਆਂ ਮਰਜ਼ੀ ਅਰਦਾਸਾਂ ਕਰਾਈਏ, ਮਹਾਰਾਜ ਸਾਨੂੰ ਸਿੱਖੀ ਦਾ ਦਾਨ ਦੇ, ਮਹਾਰਾਜ ਸਾਡੇ ਦਰਸ਼ਨਾਂ ਦੀ ਦਾਨ ਦੇ, ਸਾਨੂੰ ਨਾਮ ਜਪਣ ਦੀ ਦਾਤ ਦੇ, ਜਦੋਂ ਮੈਂ ਪੈਸੇ ਮੰਗਦਾ ਮਹਾਰਾਜ ਨੂੰ ਨਹੀਂ ਪਤਾ ਕਿ ਨਾਮ ਥੋੜ੍ਹੀ ਮੰਗਦਾ ਹੈ, ਇਹ ਨਾਮ 'ਤੇ ਉੱਤੋਂ ਉਤਲੀਆਂ ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾ। ਜੇ ਸੱਚੇ ਮਨੋ ਕੋਈ ਨਾਮ ਮੰਗੇ ਤਾਂ ਮਹਾਰਾਜ ਕਹਿੰਦੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ। ਮਹਾਰਾਜ ਕਹਿੰਦੇ ਵੀ ਮੈਂ ਤਾਂ ਹੱਥ 'ਤੇ ਕੱਢ ਕੇ ਰੱਖ ਕੇ ਖਲੋਤਾ ਵੀ ਕੋਈ ਆਵੇ, ਆਉਂਦਾ ਹੀ ਨਹੀਂ ਕੋਈ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਜਾਂ ਨਾਨਕ ਬਲ ਬਲ ਸਤਬਲ ਜਾਈਏ ਜੀ ਤੇਰਾ। ਜੇਬ 'ਚ ਹੱਥ ਪਾਇਆ ਦੇਰੀ ਲੱਗਦੀ ਹੈ, ਮਹਾਰਾਜ ਕਹਿੰਦੇ ਮੈਂ ਤਾਂ ਹੱਥ ਦੀ ਤਲੀ 'ਤੇ ਕੱਢ ਕੇ ਰੱਖਿਆ ਸਾਰਾ ਕੁਝ, ਆਓ ਤਾਂ ਸਹੀ, ਆਉਂਦਾ ਹੀ ਨਹੀਂ ਕਹਿੰਦੇ ਕੋਈ। ਤਾਂ ਜਿਹੜੀ ਸਾਡੀ ਭੁੱਖ ਹੈ ਪਰਮੇਸ਼ੁਰ ਉਹ ਪੂਰੀ ਕਰਦਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਅਰਦਾਸ 'ਤੇ ਬਹੁਤ ਜ਼ੋਰ ਦਿੱਤਾ, ਪਰ ਨਾਲ ਇਹ ਵੀ ਕਿਹਾ ਵੀ ਵਿਣ ਬੋਲਿਆ ਸਭ ਕੁਛ ਜਾਣਦਾ। ਕਿਸ ਆ ਕੇ ਕੀ ਚੇ ਅਰਦਾਸ ਵੀ ਤੂੰ ਲੋਕ ਵਿਖਾਵੇ ਵਾਸਤੇ ਕਹਿੰਦਾ ਮਹਾਰਾਜ ਮੈਨੂੰ ਨਾਮ ਦੀ ਦਾਤ ਦਿਓ, ਮਹਾਰਾਜ ਮੈਨੂੰ ਸੇਵਾ ਦੀ ਦਾਤ ਦਿਓ, ਜਾਂ ਆਪਾਂ ਸਾਰੇ ਕਹਿੰਦੇ ਹਾਂ ਵੀ ਸਾਰਾ ਕੁਝ ਮਹਾਰਾਜ ਦਾ,